ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਟੱਡੀ ਟੈਂਪੋਰਰੀ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਸਾਰੇ ਸਕੂਲ 15 ਤਰੀਕ ਤੋਂ ਖੁੱਲਣੇ ਸੀ ਪਰੰਤੂ ਕੁਝ ਕਾਰਨਾਂ ਕਰਕੇ 15 ਤਰੀਕ ਨੂੰ ਸਕੂਲ ਨਹੀਂ ਖੁੱਲ ਸਕੇ ਪਰੰਤੂ ਹੁਣ ਫਾਈਨਲ ਰਿਪੋਰਟ ਆਈ ਹੈ ਜੋ ਕਿ ਅੱਜ ਦੇ ਅਜੀਤ ਖ਼ਬਰ ਵਿੱਚ ਵੀ ਹੈ ਕਿ ਸੋਮਵਾਰ ਨੂੰ ਹਰ ਹਾਲਤ ਵਿੱਚ ਜਿਹੜੇ ਸਕੂਲ ਹੋ ਖੁੱਲਣਗੇ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਅੱਜ ਦੇ ਅਜੀਤ ਖ਼ਬਰ ਵਿੱਚ ਆਈ ਹੈ ਕਿ ਸੋਮਵਾਰ ਤੋਂ ਸਾਰੇ ਦੇ ਸਾਰੇ ਸਰਕਾਰੀ ਸਕੂਲ ਜਿਹੜੇ ਹੋ ਖੁੱਲ ਜਾਣਗੇ ਪਰੰਤੂ ਇਸ ਦੇ ਨਾਲ ਨਾਲ ਉਹਨਾਂ ਨੇ ਵਿਦਿਆਰਥੀਆਂ ਦੀ ਹਾਜ਼ਰੀ ਬਾਰੇ ਦੱਸਿਆ ਹੈ ਕਿ ਸਕੂਲ ਵਿੱਚ ਸਫਾਈ ਦੇ ਪੂਖਤਾ ਪ੍ਰਬੰਧ ਹੋਣੇ ਜ਼ਰੂਰੀ ਹਨ ਅਤੇ ਵਿਦਿਆਰਥੀਆਂ ਦੀ ਜਿਹੜੀ ਹਾਜ਼ਰੀ ਹੈ ਉਹ ਮਾਪਿਆਂ ਦੀ ਸਹਿਮਤੀ ਨਾਲ ਹੀ ਹੋਵੇਗੀ। ਜੇਕਰ ਮਾਪੇ ਆਪਣੇ ਬੱਚੇ ਨੂੰ ਸਕੂਲ ਆਉਣ ਦੀ ਆਗਿਆ ਦਿੰਦੇ ਹਨ ਤਾਂ ਹੀ ਉਹ ਸਕੂਲ ਆ ਸਕਣਗੇ। ਸੁੱਬੇ ਚ ਕੁਝ ਕੁ ਪ੍ਰਾਈਵੇਟ ਸਕੂਲ ਤਾਂ 15 ਤਰੀਕ ਤੋਂ ਹੀ ਖੁੱਲ ਗਏ ਸਨ ਪਰੰਤੂ ਜਿਹੜੇ ਸਰਕਾਰੀ ਸਕੂਲ ਸੀ ਉਹ ਹੁਣ ਸੋਮਵਾਰ ਨੂੰ ਅਖੀਰ ਵਿੱਚ ਹਰ ਹਾਲਤ ਵਿੱਚ ਖੁੱਲ ਜਾਣਗੇ। ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 19 ਅਕਤੂਬਰ ਤੋਂ 9ਵੀਂ ਤੋਂ 12ਵੀਂ ਦੇ ਜਮਾਤ ਦੇ ਵਿਦਿਆਰਥੀਆਂ ਦੇ ਲਈ ਕੰਟੋਨਮੈਂਟ ਜ਼ੋਨਾਂ ਤੋਂ ਬਾਹਰ ਸਕੂਲ ਖੋਲਣ ਦਾ ਫੈਸਲਾ ਕੀਤਾ ਹੈ ਸਿੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ ਗ੍ਰਹਿ ਵਿਭਾਗ ਵੱਲੋਂ ਕੰਟੋਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਸਕੂਲ ਮੁੱਢ ਖੋਲਣ ਸੰਬੰਧੀ ਗ੍ਰਹਿ ਵਿਭਾਗ ਤੋਂ ਦਿਸ਼ਾ ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੈਸੇਜ਼ ਜਾਰੀ ਕੀਤਾ ਹੈ ਇਸ ਦੇ ਮੱਦੇ ਨਜ਼ਰ ਜਿਹੜੇ ਸਕੂਲ ਹਨ ਡੇਲੀ 3 ਘੰਟੇ ਹੀ ਖੁੱਲਣ ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਜਿਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਉੱਥੇ ਸ਼ਿਫਟਾਂ ਦੋ ਵਿੱਚ ਸਕੂਲ ਖੁੱਲਣਗੇ 3 ਘੰਟੇ ਪਹਿਲੀ ਸ਼ਿਫਟ ਵਿੱਚ 3 ਘੰਟੇ ਅਗਲੀ ਸ਼ਿਫਟ ਵਿੱਚ ਇਸ ਅਨੁਸਾਰ ਇੱਕ ਸੈਕਸ਼ਨ ਵਿੱਚ ਘੱਟੋ-ਘੱਟ 20 ਵਿਦਿਆਰਥੀ ਬੈਠ ਸਕਦੇ ਹਨ 20 ਤੋਂ ਜ਼ਿਆਦਾ ਵਿਦਿਆਰਥੀ ਇੱਕ ਸੈਕਸ਼ਨ ਵਿੱਚ ਨਹੀਂ ਬੈਠ ਸਕਦੇ ਅਤੇ ਕਿਸੇ ਵੀ ਹਾਲਤ ਵਿੱਚ ਇੱਕ ਬੈਂਚ ਉੱਤੇ ਦੋ ਵਿਦਿਆਰਥੀਆਂ ਨੂੰ ਨਹੀਂ ਬਿਠਾਇਆ ਜਾ ਸਕਦਾ। ਲਾਵਾ ਸਾਰੇ ਵਿਦਿਆਰਥੀਆਂ ਕੋਲ ਸੈਨਟਾਈਜ਼ਰ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਸਾਰੇ ਵਿਦਿਆਰਥੀਆਂ ਨੇ ਮਾਸਕ ਜ਼ਰੂਰ ਪਾਈ ਹੋਣੀ ਚਾਹੀਦੀ ਹਨ ਅਤੇ ਉਸ ਤੋਂ ਇਲਾਵਾ ਜਿਹੜੇ ਵਿਦਿਆਰ ਉਨਾ ਤੋਂ ਇਲਾਵਾ ਜਿਹੜੇ ਵਿਦਿਆਰਥੀ ਘਰਾਂ ਤੋਂ ਹੀ ਪੜਾਈ ਕਰਨਗੇ ਉਹਨਾਂ ਲਈ ਜਿਹੜੀ ਆਨਲਾਈਨ ਪੜਾਈ ਦੀ ਪ੍ਰਬੰਧ ਜਿਵੇਂ ਪਹਿਲਾਂ ਚੱਲਦਾ ਸੀ ਉਹ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗਾ ਬੱਚੇ ਮਾਪਿਆਂ ਦੀ ਲਿਖਤੀ ਸਹਿਮਤੀ ਨਾਲ ਹੀ ਸਕੂਲ ਵਿੱਚ ਹਾਜ਼ਰ ਹੋ ਸਕਣਗੇ ਇਸ ਤੋਂ ਇਲਾਵਾ ਅਧਿਆਪਕਾਂ ਕੋਲ ਕੋਵਾ ਐਪ ਜਿਹੜੀ ਡਾਊਨਲੋਡ ਕੀਤੀ ਹੋਣੀ ਲਾਜ਼ਮੀ ਹੈ ਕੁੱਲ ਵੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਹੋਣਾ ਲਾਜ਼ਮੀ ਹੋਵੇਗਾ ਤੇ ਹਰ ਇੱਕ ਚੀਜ਼ ਨੂੰ ਵਾਰ-ਵਾਰ ਸੈਨਟਾਈਜ਼ ਕੀਤਾ ਜਾਵੇਗਾ ਇਸ ਤੋਂ ਇਲਾਵਾ ਜਦੋਂ ਵੀ ਇਸ ਸੰਬੰਧੀ ਕੋਈ ਹੋਰ ਅਪਡੇਟ ਆਉਂਦਾ ਹੈ ਸੀ ਤੁਹਾਨੂੰ ਇਸ ਤੋਂ ਜਾਣੂ ਕਰਵਾਉਂਦੇ ਰਹਾਂਗੇ ਇਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕ